ਸਾਡਾ ਚੈਨਲ ਦੇਖਣ ਵਾਲੇ ਸਾਰੇ ਵੀਰਾਂ ਭੈਣਾਂ ਨੂੰ ਸਾਡੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਤੁਹਾਡੇ ਲਈ ਕਿਸ ਤਰ੍ਹਾਂ ਦੀ ਕੋਠੀ ਲੈ ਕੇ ਆਏ ਹਾਂਗੇ ਤੁਹਾਨੂੰ ਵਿਸ਼ਵਾਸ ਹੀ ਨਹੀਂ ਹੋਏਗਾ ਕਿ ਇਹ ਕੋਠੀ ਅੰਮ੍ਰਿਤਸਰ ਚ ਬਣੀ ਹੋਈ ਹੈ ਕਿ ਇਹ ਕੋਠੀ ਆਸਟ੍ਰੇਲੀਆ ਸਿਡਨੀ ਦੀ ਹੈ ਜੇ ਕਾਫੀ ਅੱਛੇ ਤਰੀਕੇ ਦੇ ਨਾਲ ਕੋਠੀ ਤਿਆਰ ਕੀਤੀ ਗਈ ਹੈ ਆਓ ਆਪ ਜੀ ਨੂੰ ਕੋਠੀ ਦੇ ਅੰਦਰ ਦਾ ਇੰਟੀਰੀਅਰ ਚੈੱਕ ਕਰਵਾਨੇ ਹੈਗੇ ਆ ਐ 300 ਗਾਜ ਦੀ ਕੋਠੀ ਆਪ ਜੀ ਨੂੰ ਫੁੱਲੀ ਫਰਨੀਸ਼ਡ ਕੋਠੀ ਮਿਲ ਜਾਏਗੀ ਜੀ ਕਾਫੀ ਅੱਛੀ ਲੋਕੇਸ਼ਨ ਤੇ ਕੋਠੀ ਹੈਗੀ ਜੇ ਯੂਨੀਵਰਸਿਟੀ ਤੋਂ ਸਿਰਫ 3.5 ਕਿਲੋਮੀਟਰ ਦੇ ਡਿਸਟੈਂਸ 'ਤੇ ਕੋਠੀ ਹੈਗੀ ਜੀ 3 ਬੀ ਐਚ ਕੇ ਕੋਠੀ ਹੈਗੀ ਜੀ ਆਹ ਕੋਠੀ ਦਾ ਆਪ ਜੀ ਨੂੰ ਫਰੰਟ ਐਲੀਵੇਸ਼ਨ ਦਿਖਾਣੇ ਹੈਗੇ ਆ ਕੋਠੀ ਦੇ ਬਾਹਰ ਐਂਟਰੈਂਸ ਤੇ ਤੁਸੀਂ ਦੇਖੋ 10 ਫੁੱਟ ਦਾ ਗੇਟ ਲਗਾਇਆ ਗਿਆ ਹੈਗਾ ਜੇ ਇਸ ਤੋਂ ਇਲਾਵਾ ਇਹਦੇ ਅੰਦਰ ਕੈਮਰੇ ਲਾਏ ਗਏ ਹੈਗੇ ਨੇ ਸਿਕਿਉਰਿਟੀ ਦਾ ਪੂਰਾ ਧਿਆਨ ਰੱਖਿਆ ਗਿਆ ਹੈ ਘਰ ਦੇ ਅੰਦਰ ਐਂਟਰ ਕਰਦੇ ਸਭ ਤੋਂ ਪਹਿਲਾਂ ਦੇਖੋ ਗਾਰਡਨ ਏਰੀਆ ਦਿੱਤਾ ਗਿਆ ਹੈਗਾ ਜੀ ਗਾਰਡਨ ਏਰੀਆ ਦੇ ਅੰਦਰ ਤੁਸੀਂ ਦੇਖੋਗੇ ਕਿ ਤੇ ਕਾਫੀ ਅੱچھے ਪਾਮ ਟਰੀ ਲਗਾਏ ਗਏ ਹੈਗੇ ਨੇ ਇਹਨੂੰ ਇਸ ਤਰ੍ਹਾਂ ਤਿਆਰ ਕੀਤਾ ਗਿਆ ਕਿ ਇਹ ਵਿਸ਼ਵਾਸ ਨਹੀਂ ਹੁੰਦਾ ਕਿ ਇਹ ਕੋਠੀ ਅੱਜ ਅਸੀਂ ਤੁਹਾਨੂੰ ਅੰਮ੍ਰਿਤਸ ਸਾਨੂੰ ਤੇ ਲੱਗਦਾ ਹੈ ਕਿ ਬਾਹਰ ਦੀ ਕੋਠੀ ਅੱਜ ਉਹਦੀ ਤੁਹਾਡੇ ਲਈ ਲੈ ਕੇ ਆਏ ਹੈਗੇ ਆ। ਕਾਫੀ ਅੱਛਾ ਵੱਡਾ ਲੌਨ ਏਰੀਆ ਬਣਾਇਆ ਗਿਆ ਹੈਗਾ ਜੇ ਬੜੇ ਤਰੀਕੇ ਦੇ ਨਾਲ ਇਹਨੂੰ ਪੂਰਾ ਮੇਨਟੇਨ ਕੀਤਾ ਗਿਆ ਹੈਗਾ ਜੇ। ਸਾਹਮਣੇ ਦੇਖੋ ਕਾਰ ਪੋਰਚੇਰੀਆ ਦਿੱਤਾ ਗਿਆ ਹੈਗਾ। ਕਾਫੀ ਸੋਹਣੀ ਇਹ ਕੋਠੀ ਦੀ ਸ਼ੇਪ ਬਣਾਈ ਗਈ ਹੈਗੀ ਜੇ। ਕਵਰਡ ਆ ਪਾਰਕਿੰਗ ਏਰੀਆ ਦਿੱਤਾ ਗਿਆ ਹੈਗਾ। ਪਾਰਕਿੰਗ ਏਰੀਆ 'ਚ ਟਾਈਲ ਲਗਾਈ ਗਈ ਹੈਗੀ ਜੇ। ਕਵਰਡ ਹੈ ਪਾਰਕਿੰਗ ਦਿੱਤੀ ਗਈ ਹੈਗੀ ਜੇ ਬਹੁਤ ਸੋਹਣੀ ਡਾਊਨ ਸੀਲਿੰਗ ਦਾ ਕੰਮ ਕੀਤਾ ਗਿਆ ਹੈਗਾ। ਸਿੰਪਲ ਸੋਬਰ ਵਾਈਟ ਕਲਰ ਜ਼ਿਆਦਾ ਯੂਜ਼ ਕੀਤੇ ਗਏ ਨੇ ਇਸ ਕੋਠੀ ਦੇ ਅੰਦਰ। ਔਰ ਨੈਚੁਰਲ वुਡ ਦਾ ਯੂਜ਼ ਕੀਤੀ ਗਈ ਹੈਗੀ ਏ ਕੋਠੀ ਦੇ ਐਕਸਟੀਰੀਅਰ ਤੇ ਟੈਕਚਰ ਪੇਂਟ ਲਗਾਇਆ ਗਿਆ ਹੈਗਾ ਟਫਨ ਗਲਾਸ ਯੂਜ਼ ਕੀਤਾ ਗਿਆ ਹੈ ਐਂਟਰਸ ਦੇਖੋ ਕਾਫੀ ਸੋਨੇ ਵੱਡੇ 6 ਫੁੱਟ ਦੇ ਦਰਵਾਜ਼ੇ ਲਾਏ ਗਏ ਹੈਗੇ ਨੇ ਕੋਠੀ ਦਾ ਜਿੱਦਾਂ ਤੁਹਾਨੂੰ ਅਸੀਂ ਲੌਨ ਏਰੀਆ ਦਿਖਾਇਆ ਇਹਨਾਂ ਬਿਊਟੀਫੁੱਲ ਇਸੇ ਤਰ੍ਹਾਂ ਕੋਠੀ ਦੇ ਅੰਦਰ ਵੀ ਬਹੁਤ ਹੀ ਸੋਹਣਾ ਇੰਟੀਰੀਅਰ ਕੀਤਾ ਗਿਆ ਹੈਗਾ ਔਰ ਕਾਫੀ ਹਾਈ ਕਲਾਸ ਦਾ ਫਰਨੀਚਰ ਇਹਦੇ ਅੰਦਰ ਲਾਇਆ ਗਿਆ ਹੈਗਾ ਕੋਠੀ ਦੇ ਅੰਦਰ ਐਂਟਰ ਕਰਦੇ ਸਭ ਤੋਂ ਪਹਿਲਾਂ ਦੇਖੋ ਲੌਬੀ ਏਰੀਆ ਹੈਗਾ ਜੀ ਬਹੁਤ ਹੀ ਵੱਡਾ ਇਹ ਹਾਲ ਏਰੀਆ ਬਣਾਇਆ ਗਿਆ ਕਾਫੀ ਸਟਰੌਂਗ ਸਟਰਕਚਰ ਹੈ ਕੋ ਇਦੇ ਅੰਦਰ ਪ੍ਰੋਪਰ ਦੇਖੋ ਲੈਦਰ ਦੇ ਸੋਫੇ ਸੈੱਟ ਲਾਏ ਗਏ ਹੈਗੇ ਨੇ ਸਾਹਮਣੇ ਵੈਨਿਟੀ ਲਾਈ ਗਈ ਹੈਗੀ ਇਹ ਇੱਕ ਬੈੱਡ ਵੀ ਲਾਇਆ ਗਿਆ ਡਾਈਨਿੰਗ ਏਰੀਆ ਵੀ ਲਾਇਆ ਗਿਆ ਹੈਗਾ ਜੀ ਕਾਫੀ ਅੱਛਾ ਵੱਡਾ ਹਾਲ ਏਰੀਆ ਦਿੱਤਾ ਗਿਆ ਹੈਗਾ ਬਹੁਤ ਹੀ ਸੋਨਾ ਗ੍ਰੇ ਕਲਰ ਦਾ ਡਬਲ ਬੈੱਡ ਵਿਦ ਸਾਈਡ ਟੇਬਲ ਔਰ ਬੈੱਡ ਐਂਡ ਲਾਇਆ ਗਿਆ ਆਹ ਤੁਸੀਂ ਦੇਖੋ 8 ਸੀਟਰ ਦਾ ਡਾਈਨਿੰਗ ਟੇਬਲ ਹੈਗਾ ਜੀ ਬਹੁਤ ਹੀ ਅੱਛੀ ਕੁਆਲਿਟੀ ਦਾ ਹਿਸ ਘਰ ਦੇ ਅੰਦਰ ਫਰਨੀਚਰ ਯੂਜ਼ ਕੀਤਾ ਗਿਆ ਹੈਗਾ ਕਾਫੀ ਅੱਛਾ ਵੱਡਾ ਹਾਲ ਏਰੀਆ ਬਣਾਇਆ ਗਿਆ ਤੁਹਾਨੂੰ ਪਤਾ ਹੈ ਕਿ ਹਾਲ ਏਰੀਆ ਬਣਾਉਣ ਦੇ ਲਈ ਕਾਫੀ ਸਟਰੋਂਗ ਸਟਰਕਚਰ ਬਣਾਉਣਾ ਇੱਕ ਕਲਾਇੰਟ ਨੇ ਆਪਣੇ ਰੈਂਨਲੀ ਕੋਟੀ ਤਿਆਰ ਕੀਤੀ ਹੈਗੀ ਹੈ ਬਹੁਤ ਹੀ ਵੱਡਾ ਸੋਨਾ ਇੱਕ ਹਾਲ ਏਰੀਆ ਤਿਆਰ ਕੀਤਾ ਗਿਆ ਹੈਗਾ ਜੇ ਇਹਦੇ ਅੰਦਰ ਹੀ ਲੌਬੀ ਏਰੀਆ ਬਣਾਇਆ ਗਿਆ ਹੈ ਇੱਕ ਛੋਟੀ ਸਾਹਮਣੇ ਪੈਂਟਰੀ ਐਲ ਸ਼ੇਪ ਦੀ ਬਣਾਈ ਗਈ ਹੈਗੀ ਹੈ ਇਸ ਤੋਂ ਇਲਾਵਾ ਤੁਸੀਂ ਦੇਖੋ ਬਹੁਤ ਹੀ ਸੋਨਾ ਇਹਦੇ ਅੰਦਰ ਫਰਨੀਚਰ ਯੂਜ਼ ਕੀਤਾ ਗਿਆ ਹੈਗਾ ਡਾਊਨ ਸੀਲਿੰਗ ਦਾ ਕੰਮ ਕੀਤਾ ਹੈ ਲਾਈਟਾਂ ਲਾਈਆਂ ਗਈਆਂ ਹੈਗੀਆਂ ਨੇ ਆਓ ਆਪ ਜੀ ਨੂੰ ਇਹਦੇ ਨਾਲ ਹੀ ਇੱਕ ਅਲੱਗ ਤੋਂ ਸੈਪਰੇਟ ਡਰੈੰਗ ਰੂਮ ਏਰੀਆ ਦਿੱਤਾ ਗਿਆ ਉਹ ਵੀ ਆਪ ਜੀ ਨੂੰ ਚੈੱਕ ਕਰਵਾਨੇ ਹੈਗੇ ਆ ਤੁਸੀਂ ਇਹ ਡ੍ਰੈਂਗਰੂਮ ਏਰੀਆ ਦੇਖੋ ਇਹਦੇ ਅੰਦਰ ਹਾਈ ਕੁਆਲਿਟੀ ਦਾ ਫਰਨੀਚਰ ਲਾਇਆ ਗਿਆ ਹੈਗਾ ਜੀ ਇਸ ਕੋਠੀ ਦੇ ਅੰਦਰ ਤੁਸੀਂ ਜੋ ਵੀ ਫਰਨੀਚਰ ਇਲੈਕਟ੍ਰੋਨਿਕ ਆਈਟਮਾਂ ਦੇਖ ਰਹੇ ਹੋ ਸਾਰੇ ਇਹ ਕੋਠੀ ਦੇ ਨਾਲ ਇਨਕਲੂਡ ਹੈਗੀਆਂ ਨੇ ਔਰ ਇਹਨੇ ਕੱਟ ਰੇਟਾਂ ਦੇ ਅੱਜ ਅਸੀਂ ਤੁਹਾਨੂੰ ਆਫਰ ਦਵਾਂਗੇ ਕਿ ਤੁਹਾਨੂੰ ਇਹ ਵਿਸ਼ਵਾਸ ਹੀ ਨਹੀਂ ਹੋਏਗਾ ਕਿ ਇਹਨੇ ਕੱਟ ਰੇਟਾਂ ਤੇ ਇੰਨੀ ਵੱਡੀ ਕੋਠੀ ਔਰ ਵਿਦ ਫਰਨੀਚਰ ਤੁਹਾਨੂੰ ਮਿਲ ਸਕਦੀ ਹੈਗੀ ਹੈ ਇਹ ਅੱਛਾ ਵੱਡਾ ਹੈ ਡ੍ਰੈਂਗਰੂਮ ਏਰੀਆ ਦਿੱਤਾ ਗਿਆ ਇਹਦੀ ਅੰਦਰ ਇੱਕ ਬਾਰੂ ਅਲੱਗ ਤੋਂ ਵੀ ਦਿੱਤੀ ਗਈ ਹੈ ਪ੍ਰੋਪਰ ਡਾਊਨ ਸੀਲਿੰਗ ਦਾ ਕੰਮ ਕੀਤਾ ਗਿਆ ਕਨਸੀਲ ਲਾਈਟ ਲਾਈ ਗਈ ਹੈ ਇਤੋਂ ਲਾਵਾ ਗਰਾਉਂਡ ਫਲੋਰ ਤੇ ਇੱਕ ਬਾਥਰੂਮ ਦਿੱਤਾ ਗਿਆ ਜਿਹਦੀ ਐਂਟਰੀ ਬਾਹਰ ਲੌਬੀ ਵੱਲੋਂ ਵੀ ਹੈਗੀ ਔਰ ਡ੍ਰੈنگ ਰੂਮ ਵੱਲੋਂ ਵੀ ਹੈਗੀ ਜੇ ਕਾਫੀ ਅੱਛੇ ਵੱਡੇ ਸਾਈਜ਼ ਦਾ ਹੈ ਬਾਥਰੂਮ ਮੇ ਪ੍ਰੋਪਰ ਵਾਲ ਟਾਈਲ ਫਲੋਰ ਟਾਈਲ ਔਰ ਪੂਰੀ ਬਾਥਰੂਮ ਫਿਟਿੰਗ ਇਹਦੇ ਚਾਪ ਜੀ ਨੂੰ ਲਾ ਕੇ ਦਿੱਤੀ ਜਾ ਰਹੀ ਹੈਗੀ ਏ ਜੈਗਵਰ ਕੰਪਨੀ ਦੇ ਦੇ ਅੰਦਰ ਫਿਟਿੰਗ ਲਾਈ ਗਈ ਹੈਗੀ ਜੇ ਕਾਫੀ ਅੱਛੇ ਵੱਡੇ ਸਾਈਜ਼ ਦਾ ਹੈ ਬਾਥਰੂਮ ਹੈਗਾ ਜੇ ਇੱਕ ਐਂਟਰੈਂਸ ਇਹਦੀ ਲੌਬੀ ਵੱਲੋਂ ਵੀ ਦਿੱਤੀ ਗਈ ਹੈਗੀ ਏ ਬਹੁਤ ਹੀ ਸੋਹਣਾ ਸਿੰਪਲ ਸੋਬਰ ਕਲਰ ਹੈ ਪੂਰੇ ਘਰ ਦੇ ਅੰਦਰ ਯੂਜ਼ ਕੀਤੇ ਨੇ ਸਾਨੂੰ ਪੂਰੀ ਉਮੀਦ ਹੈ ਤੁਹਾਨੂੰ ਇਹ ਬਲੀਵ ਬਟ ਆਹ ਕੋਠੀ ਅੰਮ੍ਰਿਤਸਰ ਦੇ ਵਿੱਚ ਹੀ ਲੋਕੇਟਿਡ ਹੈਗੀ ਏ ਔਰ ਯੂਨੀਵਰਸਿਟੀ ਤੋਂ ਕਾਫੀ ਨਜ਼ਦੀਕ ਆ ਕੋਠੀ ਹੈਗੀ ਜੇ 3 ਫੁੱਟ ਵਾਈਡ ਦਾ ਸਟੇਅਰ ਕੇਸ ਆ ਬ્લેਕ ਗ੍ਰੇਨਾਈਟ ਲਾਇਆ ਗਿਆ ਹੈ ਤੁਸੀਂ ਦੇਖੋ ਕਿ 3 ਫੁੱਟ ਦੀ ਰੇਲਿੰਗ ਇਹਦੇ ਅੰਦਰ ਯੂਜ਼ ਕੀਤੀ ਗਈ ਹੈ ਪ੍ਰੋਪਰ ਪਾਲਿਸ਼ ਕੀਤੀ ਗਈ ਹੈਗੀ ਜੇ ਆਪ ਜੀ ਨੂੰ ਅਗਰ ਸਾਡੇ ਦਿੱਤੀ ਇਨਫੋਰਮੇਸ਼ਨ ਅੱਛੀ ਲੱਗਦੀ ਹੈ ਤੇ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਨਲੌਕਸ ਉੱਪਰ ਪ੍ਰੋਪਰਟੀ ਬੈਲ ਆਈਕਨ ਨੂੰ ਪ੍ਰੈਸ ਕਰੋ ਲਾਈਕ ਐਂਡ ਸ਼ੇਅਰ ਕਰੋ ਇਸੇ ਤਰ੍ਹਾਂ ਦੀ ਅੱਛੀ ਇਨਫੋਰਮੇਸ਼ਨ ਵੀਡੀਓ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਰਹਿਣੇ ਹਾਂ ਸਾਡਾ ਚੈਨਲ YouTube ਤੇ Facebook ਦੋਨਾਂ ਜਗ੍ਹਾ ਹੈਗਾ ਫਲੋਰ ਐਂਟਰ ਕਰਦੇ ਸਭ ਤੋਂ ਪਹਿਲਾਂ ਪੈਸੇਜ ਏਰੀਆ ਆਓ ਆਪ ਜੀ ਨੂੰ ਬੈਡਰੂਮ ਏਰੀਆ ਚੈੱਕ ਕਰਵਾਨੇ ਹੈਗੇ ਆ ਕਾਫੀ ਅੱਛੇ ਵੱਡੇ ਸਾਈਜ਼ ਦੇ ਆ ਵੀ ਬੈਡਰੂਮ ਹੈਗੇ ਨੇ ਬਹੁਤ ਹੀ ਸੋਹਣੇ ਇਹਦੇ ਅੰਦਰ ਬੈੱਡ ਤਿਆਰ ਕੀਤੇ ਕੀ ਹੈਗੇ ਨੇ ਪ੍ਰੋਪਰ ਡਾਊਨ ਸਿਲਿੰਗ ਦਾ ਕੰਮ ਕੀਤਾ ਗਿਆ ਹੈਗਾ ਫਰਸਟ ਫਲੋਰ ਦੇ ਪੂਰੇ ਘਰ ਦੇ ਅੰਦਰ ਤੁਸੀਂ ਫਲੋਰ ਤੇ ਦੇਖੋਗੇ ਮਾਰਬਲ ਯੂਜ਼ ਕੀਤਾ ਗਿਆ ਨਾਲ ਗ੍ਰੀਨ ਕਲਰ ਦੀ ਪੱਟੀ ਯੂਜ਼ ਕੀਤੀ ਗਈ ਹੈ ਇਹ ਕਮਰੇ ਦੇ ਅੰਦਰ 1.5 ਟਨ ਦਾ ਸਪਲੀਟ AC ਵੀ ਲਾਇਆ ਗਿਆ ਹੈਗਾ ਕਮਰੇ ਦੇ ਨਾਲ ਅਟੈਚ ਵੱਡਾ ਬਾਥਰੂਮ ਦਿੱਤਾ ਗਿਆ ਹੈਗਾ ਪ੍ਰੋਪਰ ਬਾਥਰੂਮ ਦੇ ਅੰਦਰ ਜੈਗਵਰ ਕੰਪਨੀ ਦੀ ਪੂਰੀ ਫਿਟਿੰਗ ਇੰਸਟਾਲ ਕੀਤੀ ਗਈ ਹੈ ਪ੍ਰੋਪਰ ਵਾਲਟਲ ਫਲੋਰਟਾਈ ਲਾਈ ਗਈ ਹੈ ਕਾਫੀ ਅੱਛੇ ਵੱਡੇ ਸਾਈਜ਼ ਦਾ ਬਾਥਰੂਮ ਹੈਗਾ ਇਹਦਾ ਇਕਰਾ ਬਾਰੋਂ ਵੀ ਦਿੱਤਾ ਗਿਆ ਹੈਗਾ ਆਓ ਆਪ ਜੀ ਨੂੰ ਕਿਚਨ एरिया ਵੱਲ ਲੈ ਕੇ ਚੱਲਦੇ ਹਾਂ ਸਾਹਮਣੇ ਵੈਨਿਟੀ ਦਿੱਤੀ ਗਈ ਹੈਗੀ ਇਹ ਕਾਫੀ ਸੋਹਣੀ ਇਹ ਕਿਚਨ ਆਪ ਜੀ ਨੂੰ ਤਿਆਰ ਕਰਕੇ ਦਿੱਤੀ ਜਾ ਰਹੀ ਹੈਗੀ ਇਹ ਕਿਚਨ ਦੇ ਅੰਦਰ ਦੇਖੋ ਤੁਸੀਂ ਐਲ ਸ਼ੇਪ ਦਾ ਕਾਊਂਟਰ ਬਣਾਇਆ ਗਿਆ ਹੈਗਾ ਜੇ ਪੂਰਾ ਵੁੱਡਵਰਕ ਦਾ ਕੰਮ ਆਪ ਜੀ ਨੂੰ ਕਰਕੇ ਦਿੱਤਾ ਜਾ ਰਿਹਾ ਰੋਸ਼ਨੀ ਵੈਂਟੀਲੇਸ਼ਨ ਲਈ ਵਿੰਡੋ ਦਿੱਤੀ ਗਈ ਹੈ ਚਿਮਨੀ ਇਹਦੇ ਅੰਦਰ ਲਾਈ ਗਈ ਹੈਗੀ ਜੇ ਆਰਓ ਇਹਦੇ ਅੰਦਰ ਇੰਸਟਾਲ ਹੈਗਾ ਡਬਲ ਬੋਲ ਦਾ ਸਿੰਕ ਹੈ ਫਰਿੱਜ ਵੀ ਆਪ ਜੀ ਨੂੰ ਇਹਦੇ ਨਾਲ ਲਾ ਕੇ ਦਿੱਤਾ ਜਾ ਰਿਹਾ ਹੈਗਾ ਆਓ ਆਪ ਜੀ ਨੂੰ ਸੈਕੰਡ ਬੈਡਰੂਮ ਦਿਖਾਣੇ ਹੈਗੇ ਆ ਆ ਵੀ ਕਾਫੀ ਅੱਛੇ ਵੱਡੇ ਸਾਈਜ਼ ਦਾ ਬੈਡਰੂਮ ਹੈਗਾ ਰੋਸ਼ਨੀ ਵੈਂਟੀਲੇਸ਼ਨ ਲਈ ਕਾਫੀ ਵੱਡੀ ਵਿੰਡੋ ਦਿੱਤੀ ਗਈ ਹੈ ਪ੍ਰੋਪਰ ਕਰਟਰਨ ਲਾਏ ਗਏ ਨੇ ਨਾਲ ਬਲਾਈਂਡਸ ਲਾਏ ਗਏ ਹੈਗੇ ਨੇ ਡਾਊਨ ਸੀਲਿੰਗ ਦਾ ਕੰਮ ਕੀਤਾ ਗਿਆ ਹੈਗਾ ਜਿ ਤਰ੍ਹਾਂ ਅਸੀਂ ਆਪ ਜੀ ਨੂੰ ਦੱਸਿਆ ਇਸ ਕੋਠੀ ਦੇ ਅੰਦਰ ਹਾਈ ਐਂਡ ਕੁਆਲਿਟੀ ਦਾ ਸਾਰਾ ਫਰਨੀਚਰ ਯੂਜ਼ ਕੀਤਾ ਗਿਆ ਹੈਗਾ ਜੇ ਸਾਹਮਣੇ ਅਲਮਾਰੀ ਪਈ ਹੈ ਇੱਕ ਟੀਵੀ ਪੈਨਲ ਲਾਇਆ ਗਿਆ ਹੈ ਇਹ ਕੋਠੀ ਦੇ ਅੰਦਰ 6 ਕੈਮਰੇ ਲਾਏ ਗਏ ਨੇ ਉਹ ਮੋਨੀਟਰ ਤੇ ਸਾਰਾ ਦਿਨ ਚੱਲਦੇ ਰਹਿੰਦੇ ਹੈਗੇ ਨੇ ਆਓ ਆਪ ਜੀ ਨੂੰ ਥਰਡ ਬੈਡਰੂਮ ਵੀ ਦਿਖਾਣੇ ਹੈਗੇ ਆ। ਕਾਫੀ ਅੱਛੇ ਵੱਡੇ ਸਾਈਜ਼ ਦਾ ਆ ਵੀ ਤੀਸਰਾ ਕਮਰਾ ਹੈਗਾ ਜੀ। ਬਹੁਤ ਹੀ ਸੋਹਣੀ ਡਾਊਨ ਸਿਲਿੰਗ ਹੈਗੀ ਇਹਦੇ ਅੰਦਰ ਵੀ ਬਹੁਤ ਸੋਹਣਾ ਡਬਲ ਬੈੱਡ ਲਾਇਆ ਗਿਆ ਵਿਦ ਸਾਈਡ ਟੇਬਲ। ਰੋਸ਼ਨੀ ਵੈਂਟੀਲੇਸ਼ਨ ਲਈ ਵਿੰਡੋ ਦਿੱਤੀ ਗਈ ਹੈਗੀ ਜੀ। ਇੱਕ ਐਕਸਟਰਾ ਇਹਦੇ ਅੰਦਰ ਬੈੱਡ ਹੋਰ ਵੀ ਲਾਇਆ ਗਿਆ ਹੈਗਾ ਜੀ। ਅੱਜ ਸਾਨੂੰ ਪੂਰੀ ਉਮੀਦ ਹੈ ਕਿ ਆਹ ਕੋਠੀ ਆਪ ਜੀ ਨੂੰ ਬਹੁਤ ਹੀ ਪਸੰਦ ਆਉਗੀ। अगर आप जी इस कोठी ਨੂੰ ਦੇਖਣਾ ਚਾਹਦੇ ਵਿਜ਼ਿਟ ਕਰਨਾ ਚਾਹਦੇ ਤਾਂ ਸਾਡੇ ਨੰਬਰ ਸਕਰੀਨ ਤੇ ਦਿੱਤੇ ਗਏ ਨੇ ਪਲੀਜ਼ ਸਾਡੇ ਨਾਲ ਕੰਟੈਕਟ ਕਰੋ ਆਓ ਆਪ ਜੀ ਨੂੰ ਬਾਹਰ ਵੱਡੀ ਬਾਲਕਨੀ ਏਰੀਆ ਚੈੱਕ ਕਰਵਾਨੇ ਹੈਗੇ ਆਂ ਪ੍ਰੋਪਰ ਦੇਖੋ ਹਾਫ ਏਰੀਆ ਨੂੰ ਕਵਰ ਕੀਤਾ ਗਿਆ ਹੈਗਾ ਜੇ ਔਰ ਬਾਕੀ ਓਪਨ ਬਾਲਕਨੀ ਛੱਡੀ ਗਈ ਹੈਗੀਏ ਪ੍ਰੋਪਰ ਰੇਲਿੰਗ ਲਾਈ ਗਈ ਹੈਗੀਏ ਇੱਥੋ ਹੀ ਤੁਸੀਂ ਬਾਹਰ ਗਾਰਡਨ ਦਾ 뷰 ਦੇਖੋ ਕਾਫੀ ਸੋਹਣਾ ਆਪ ਜੀ ਨੂੰ ਲੱਗੂਗਾ ਕਾਫੀ ਅੱਛੀ ਵੱਡੀ ਬਾਲਕਨੀ ਹੈਗੀ ਔਰ ਪ੍ਰੋਪਰ ਤੁਸੀਂ ਦੇਖੋ ਇਹਦਾ ਐਲੀਵੇਸ਼ਨ ਬਹੁਤ ਹੀ ਸੋਹਣੇ ਤਰੀਕੇ ਨਾਲ ਤਿਆਰ ਕੀਤਾ ਗਿਆ ਹੈਗਾ ਜੇ ਬਹੁਤ ਹੀ ਵਧੀਆ ਸਟਰੌਂਗ ਹੈ ਕੋਠੀ ਆ ਜਿਸੀ 300 स्क्वेयर यार्ड ਦੀ ਆ ਕੋਠੀ ਹੈਗੀ ਜੇ ਫੁੱਲੀ ਫਰਨੀਸ਼ਡ ਆ ਕੋਠੀ ਆਪ ਜੀ ਨੂੰ ਮਿਲ ਜਾਏਗੀ ਆਓ ਆਪ ਜੀ ਨੂੰ ਟਰੈਸ ایرিয়া ਵੀ ਚੈੱਕ ਕਰਵਾਨੇ ਹੈਗੇ ਆ ਬਹੁਤ ਹੀ ਸੋਹਣੀ ਹੈ ਦੇ ਅੰਦਰ ਦੇਖੋ ਟੀਕ वुਡ ਦੀ ਰੇਲਿੰਗ ਲਾਈ ਗਈ ਹੈਗੀ ਜੇ ਮੰਮਟੀ ایرিয়া ਦੇ ਅੰਦਰ ਤੁਸੀਂ ਦੇਖੋਗੇ ਕਿ ਤੇ ਕਾਫੀ ਅੱਛੀ ਸਟੋਰੇਜ ਦੀ ਸਪੇਸ ਦਿੱਤੀ ਗਈ ਹੈਗੀ ਇਹ ਕਾਫੀ ਘਰ ਦਾ ਐਕਸਟਰਾ ਸਮਾਨ ਤੁਸੀਂ ਇਹਦੇ ਅੰਦਰ ਰੱਖ ਸਕਦੇ ਹੈਗੇ ਹੋ ਇਸ ਤਰ੍ਹਾਂ ਦੀ ਆਪਸ਼ਨ ਜਿਹੜੇ ਕਲਾਇੰਟ ਨੇ ਆਪਣਾ ਰਹਿਣ ਲਈ ਤਿਆਰ ਕੀਤੀ ਹੋਈ ਬਹੁਤ ਹੀ ਘੱਟ ਮਿਲਦੀ ਹੈਗੀ ਹੈ ਤੁਸੀਂ ਜਿੱਦਾਂ ਦੇਖਿਆ ਗਰਾਉਂਡ ਫਲੋਰ ਤੇ ਕਾਫੀ ਵੱਡਾ ਹਾਲ ਲਗਾ ਹੈ ਇਹ ਉਹਦੇ ਅਕੋਰਡਿੰਗ ਹੀ ਕਾਫੀ ਅੱਛਾ ਇਹਦਾ ਸਟਰੌਂਗ ਸਟਰਕਚਰ ਤਿਆਰ ਕਰਕੇ ਕੋਠੀ ਬਣਾਈ ਗਈ ਹੈਗੀ ਇਹ ਔਰ ਹਾਈ ਕੁਆਲਿਟੀ ਦਾ ਮਟੀਰੀਅਲ ਇਹਦੇ ਅੰਦਰ ਯੂਜ਼ ਕੀਤਾ ਗਿਆ ਹੈਗਾ ਇਸ ਕੋਠੇ ਦੀ ਕੀਮਤ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਇਸ ਕੋਠੇ ਨੂੰ ਸਿਰਫ 90 ਲੱਖ ਦੇ ਵਿੱਚ ਅਸੀਂ ਤੁਹਾਨੂੰ ਆਪ ਜੀ ਨੂੰ ਦੇ ਦਾਂਗੇ ਅੰਮ੍ਰਿਤਸਰ ਦੇ ਅੰਦਰ ਜੇਕਰ ਆਪ ਆਪਣੀ ਪ੍ਰਾਪਰਟੀ ਦੀ ਫ੍ਰੀ ਐਡ ਲਾਣਾ ਚਾਹੁੰਦੇ ਹੋ ਸਾਡੇ ਨਾਲ ਕੰਟੈਕਟ ਕਰੋ ਸੇਲ ਪਰਚੇਸ ਲਈ ਕੰਟੈਕਟ ਕਰੋ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ